ਜਿਹੜੀ ਇੰਡੀਅਨ ਪੋਲੀਟੀਕਲ ਸਿਸਟਮ ਹੈ ਉਹਦੇ ਵਿੱਚ ਤਿੰਨ ਲਿਸਟਾਂ ਬਣੀਆਂ ਠੀਕ ਹੈ ਵੈਸੇ ਸੁਣ ਲਿਓ ਦਿਮਾਗ ਤੇ ਪ੍ਰੈਸ਼ਰ ਬੋਡੀ ਹੋ ਜਾਂਦੀ ਹੈ ਉਹਦੇ ਵਿੱਚ 98 ਆਈਟਮ ਹੈਗੀਆਂ ਵਾ ਜੂਨੀਅਰ ਲਿਸਟ ਵਿੱਚ ਠੀਕ ਹੈ ਅੱਗੇ ਉਹਦੀ ਸਟੇਟ ਲਿਸਟ ਸਟੇਟ ਲਿਸਟ ਵਿੱਚ ਨਿਊ ਅਮੈਂਡਮੈਂਟ ਆਏ ਵਾਲੇ ਪ੍ਰੈਜੈਂਟ 59 ਆਈਟਮ ਉਹਨਾਂ ਨੂੰ ਯਾਦ ਹੋਣੀਆਂ ਠੀਕ ਹੈ ਅੱਗੇ ਅੱਗੇ 52 ਆਈਟਮ ਕਨਕਰੈਂਟ ਲਿਸਟ ਵਿੱਚ ਯਾਦ ਹੋਣੀਆਂ ਇਹਨਾਂ ਨੂੰ ਠੀਕ ਹੈ ਜਿੱਥੇ ਅੱਗੇ ਕੰਮ ਖਤਮ ਹੋ ਗਿਆ ਠੀਕ ਹੈ ਰੈਜੀਡਿਊ ਦੇ ਵਿੱਚ ਕੋਈ ਹੈ ਨਹੀਂ ਠੀਕ ਹੈ ਜੇ ਹੁੰਦੀਆਂ ਤਾਂ ਉਹ ਕਿਹੜੇ ਪਾਉਂਦੀਆਂ ਸੈਂਟਰ ਪਾਉਂਦੀਆਂ ਅੱਗੇ 30 ਮੈਂ ਉਹਨੂੰ ਲਾਇਆ 13 ਆਈਟਮ ਜਿਹੜੀਆਂ ਹਨ ਇਹਨਾਂ ਤੇ ਸੈਂਟਰ ਗਵਰਨਮੈਂਟ ਟੈਕਸ ਲਾ ਸਕਦੀ ਹੈ 13 ਆਈਟਮ ਜਿਹੜੀਆਂ ਵਾ ਸੈਂਟਰ ਗਵਰਨਮੈਂਟ ਟੈਕਸ ਲਾਉਂਦੇ ਅੱਗੇ 18 ਸਟੇਟ ਗਵਰਨਮੈਂਟ ਹੈ ਉਹਨਾਂ ਨੂੰ ਬੱਚੇ ਨੂੰ ਪਾ ਲਿਆ ਕਿ ਪੇਪਰ ਉਦੋਂ ਹੁੰਦਾ ਪੇਪਰ 'ਚ ਇੱਦਾਂ ਹੁੰਦਾ ਹੈ ਕਿ ਸਟੇਟ ਗਵਰਨਮੈਂਟ ਕਿੰਨੀਆਂ ਆਈਟਮਾਂ 'ਤੇ ਟੈਕਸ ਲਗਾ ਸਕਦੀ ਹੈ ਠੀਕ ਹੈ ਹੁਣ ਉਹਨਾਂ ਨੂੰ ਮੈਂ ਥੋੜ੍ਹਾ ਸਿਖਾਉਂਦਾ ਉਹਨਾਂ ਨੂੰ ਵੀ ਆਹ ਦੇ ਵਿੱਚ ਆਈਟਮਾਂ ਥੋੜ੍ਹਾ ਇਹਨੂੰ ਪੜ੍ਹ ਲਓ ਜਲਦੀ ਅੱਗੇ ਇੱਥੋਂ ਅੱਗੇ ਆਉਂਦੀ ਹੈ ਜੀਰੋ ਜੀਰੋ ਦੇ ਵਿੱਚ ਮਤਲਬ ਕਿ ਕੋਈ ਵੀ ਕਨਕਰੈਂਟ ਲਿਸਟ ਵਿੱਚ ਕੋਈ ਵੀ ਆਈਟਮ ਨਹੀਂ ਹੈ ਜਿੰਨਾ ਇਹ ਦੋਵੇਂ ਸਾਂਝਾ ਟੈਕਸ ਲਾ ਸਕਦੇ 33 ਦੇ ਵਿੱਚ ਰੈਜੀਡਿਊਰੀ ਪਾਵਰ ਦੇ ਵਿੱਚ ਤਿੰਨ ਆਈਟਮਾਂ ਆਉਂਦੀਆਂ ਤਿੰਨਾਂ ਤੇ ਸੈਂਟਰ ਗਵਰਨਮੈਂਟ ਟੈਕਸ ਲਾਉਂਦੀ ਹੈ ਉਹ ਹੈਗੀ ਹੈ ਤਿੰਨ ਆਈਟਮਾਂ ਮੈਂ ਸਿਖਾਉਣਾ ਹੈ ਜੀ ਫਾਰ ਗਿਫਟ ਈ ਫਾਰ ਐਕਸਪੈਂਡੀਚਰ ਡਬਲਿਊ ਫਾਰ ਵੈਲਥ ਠੀਕ ਹੈ ਜੀ ਅੱਗੇ 29 ਦਾ ਮਤਲਬ ਇਹ ਹੈ ਕਿ ਜਿਹੜੀ ਸਾਡੀ ਪੰਚਾਇਤ ਹੋ ਨਾ ਉਹ 29 ਆਈਟਮ ਤੇ ਕੰਮ ਕਰਦੀ ਹੈ ਇਹ ਬੋਡੀ ਦਾ ਸਵਾਲ ਹੈ ਪੀਸੀਏ ਦਾ ਸਵਾਲ ਹੈ ਕਿ ਹਾਊ ਮੈਨੀ ਆਈਟਮਸ ਆਰ ਇੰਟਾਈਟਲਡ ਟੂ ਦਾ ਪੰਚਾਇਤ ਠੀਕ ਹੈ ਉਹ ਤਾਂ 29, 30, 31, 32 ਇਹ ਲੱਗਿਆ ਠੀਕ ਹੈ ਅਤੇ 18 ਹੈਗਾ ਮਿਊਨਸੀਪੈਲਟੀ ਦੇ ਕੋਲ ਇਹ ਕਰਕੇ ਬੱਚਿਆਂ ਨੂੰ ਜਿਹੜਾ ਮੈਂ ਬੜਾ ਧੱਕੇ ਧੁੱਕੇ ਖਾ ਕੇ ਜਾਂ ਇੱਕ ਦੁਆਰ ਪੇਪਰ ਹੱਲ ਗਲਤ ਕਰਕੇ ਮੈਂ ਸਿੱਖਿਆ ਨਾ ਹਰ ਜਗ੍ਹਾ ਬੱਚਿਆਂ ਨੂੰ ਸਿਖਾਉਣਾ ਠੀਕ ਹੈ ਇਹ ਕਰਕੇ ਮੈਂ ਤੁਹਾਨੂੰ ਥੋੜ੍ਹੇ ਇਹ ਕਰਕੇ ਦੱਸਿਆ ਵੀ ਇਹਦਾ ਮਤਲਬ ਇਹ ਨਹੀਂ ਕਿ ਮੈਂ ਸਮਰਾਟ